ਮੈਂ ਅਨਕਰੀਬ ਵੇਲੇ ਮੁੰਡੇ ਕੋਲ ਉਸਤਾਦ ਕੋਲ ਵਹਿੰਦਾ ਪਿਆ ਅਸਲਾਮ ਵਾਲੇਕੁਮ ਦੋਸਤੋ ਮੈਂ ਮੁਹੰਮਦ ਨਈਮ ਉਮੀਦ ਕਰਨਾ ਤੁਸੀਂ ਖੈਰ ਖਰੀਅਤ ਨਾਲ ਉਸੋ ਬਿਸਮਿਲ੍ਲਾ ਪੜ੍ਹ ਕੇ ਅੱਜ ਦਾ ਨਵਾਂ ਅਤੇ ਤਾਜ਼ਾ ਵਲੋਗ ਕਰਦੇ ਪਏ ਸ਼ੁਰੂ ਅੱਜ ਅਸਾਂ ਆਏ ਹਾਂ ਇੱਕ ਬਾਗ ਵਿੱਚ ਬਾਗ ਹੀ ਤਕਰੀਬਨ ਬਹੁਤ ਚੀਜ਼ਾਂ ਮੈਂ ਖਾਵਣ ਪੀਵਣ ਦੀਆਂ ਆੜੂ ਥੀ ਗਏ ਅੰਬ ਥੀ ਗਏ ਬਹੁਤ ਚੀਜ਼ਾਂ ਹਨ ਖਾਵਣ ਪੀਵਣ ਦੀਆਂ ਮਾਸ਼ਾ ਅੱਲਾ ਅਸਾਂ ਬਾਗ ਵਿੱਚ ਆਏ ਖਾਵਣ ਵਾਸਤੇ ਅਸਾਂ ਇੱਥੇ ਦੇਖ ਸੋ ਕਿਹੜਾ ਕਿਹੜਾ ਫਰੂਟ ਮੌਜੂਦ ਹੈ ਉਸਕੋ ਅਸਾਂ ਖਾਸੂ ਜਿਹੜਾ ਫਰੂਟ ਉਹ ਸੀ ਨਾ ਮੌਜੂਦ ਅਸਾਂ ਉਸਕੋ ਖਾਸੂ ਅਤੇ ਬਾਗ ਦੀ ਲੋਕੇਸ਼ਨ ਬਹੁਤ ਵੀ ਆਈ ਪੀ ਵੇ ਪਈ ਚੈੱਕ ਕਰੋ ਇੱਡੀ ਵੇ ਸਾਹਮਣੇ ਖਾਲਾ ਇਹ ਖਾਲਾ ਹੀ ਵੇ ਬਾਗ ਕੋਈ ਸਿੱਧਾ ਪਾਣੀ ਆਉਂਦਾ ਪਿਆ ਇਹ ਇੰਟਰ ਥਿੰਦਾ ਪਿਆ ਖਾਲਾ ਇੱਥੋਂ ਹੀ ਸਾਹਮਣੇ ਖੜੋਤਾ ਮੇਰਾ ਯਾਰ ਤੁਸੀਂ ਮੇਰੇ ਪਿਛਲੇ ਵਲੋਗ ਵਿੱਚ ਡਿੱਠਾ ਸੀ ਇਹ ਵੇ ਪਿਆ ਮੇਰਾ ਯਾਰ ਇਹਦੇ ਨਾਂ ਦਾ ਇਹਦਾ ਕੋਈ ਪਤਾ ਲੱਗ ਗਿਆ ਸੀ ਕਿਆਰੇ ਬਜਾਨ ਆਏ ਤਾਂ ਮੇਰੇ ਇਕੱਠੇ ਨੇ ਮੈਂ ਆਖਿਆ ਬਾਤ ਵੀਵਰਾਂ ਕੋਈ ਦਿਖਾਓ ਨਾ ਸਲਾਮ ਗਿਣ ਕੇ ਇਵੇਂ ਗੱਲ ਹੈ ਨਾ ਬਿਲਕੁਲ ਬਿਲਕੁਲ ਮਾਸ਼ਾ ਅੱਲਾ ਇੱਡੂ ਲੱਗੇ ਖੜੋਤੇ ਵੇ ਆੜੂ ਆੜੂ ਡਿੱਠੇ ਹੋ ਸਨ ਤੁਸੀਂ ਖਾਦੇ ਵੀ ਹੋ ਸਨ ਪੀਤੇ ਵੀ ਹੋ ਸਨ ਇਹ ਤਾਂ ਅੰਗੂਰ ਖੜੇ ਹਾਂ ਬਿਸਮਿਲ੍ਲਾ ਬਿਸਮਿਲ੍ਲਾ ਹਾਲੇ ਇਨ ਕੱਚੇ ਵਿਵਰ ਚੈੱਕ ਕਰੋ ਖੱਟਾ ਜਿਹਾ ਹੋ ਸੀ ਅਤੇ ਬਿਸਮਿਲ੍ਲਾ ਪੜ੍ਹ ਕੇ ਇੱਕ ਪੱਟ ਕੇ ਵਿਵਰ ਖਾਂਦੇ ਵੇ ਤਾਂ ਆਹ ਸੱਤ ਬਿਸਮਿਲ੍ਲਾ ਨਹੀਂ ਤਾਂ ਵਲਾ ਅਸਾਂ ਇਕੱਲੇ ਇਕੱਲੇ ਖਾਂਦੇ ਪਏ ਓਏ ਓਏ ਖੱਟਾ ਯਾਰ ਯਾਰ ਗੱਲ ਸੁਣ ਹਾਂ ਬਾਈ ਜਾਨ ਸਾਹਮਣੇ ਨਾ ਇੱਕ ਖੜੋਤਾ ਖੁਰਮਾਨੀ ਖੜੋਤੀ ਹੈ ਖੁਰਮਾਨੀ ਮੈਂ ਕੋਈ ਪੱਟ ਦੇ ਵਿਵਰ ਦਾ ਕੋਈ ਦੇਖਣਾ ਇੱਕ ਨਹੀਂ ਡੂਤਰਾ ਖੜੋਤੀਆਂ ਇਹ ਦੇਖੋ ਇਹ ਵਿਵਰ ਇਹ ਖੜੋਤੀਆਂ ਖੁਰਮਾਨੀਆਂ ਇਹ ਚੈੱਕ ਕਰੋ ਅੰਗੂਰ ਵੀ ਖੁਰਮਾਨੀਆਂ ਵੀ ਇੱਡੂ ਮਾਸ਼ਾ ਅੱਲਾ ਅਨਾਰ ਵੀ ਖੜੋਤੇ ਥੇ ਚੈੱਕ ਕਰੋ ਅਨਾਰ ਵੀ ਛੋਟੇ ਛੋਟੇ ਵਾਲੇ ਕੱਚੇ ਇਨ ਪੇ ਪੱਕੇ ਕੋਨ ਨਹੀਂ ਦੇਖੋ ਅਨਾਰ ਮਾਸ਼ਾ ਅੱਲਾ ਬਹੁਤ ਵੀ ਆਈ ਪੀ ਲੋਕੇਸ਼ਨ ਹੈ ਭਾਈ ਆਏ 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 ਕੱਚੀਆਂ ਕੱਚੀਆਂ ਨਿੱਕੀਆਂ ਨਿੱਕੀਆਂ ਅੰਬੀਆਂ ਅੰਬੀਆਂ ਦੇ ਬਾਅਦ ਗਾਣਾ ਮੈਂ ਕੋਈ ਯਾਦ ਆ ਗਿਆ ਬਾਗੋਂ ਮੈਂ ਫਿਰ ਝੂਲੇ ਪੜ ਗਿਆ ਪੱਕ ਗਈਆਂ ਮਿੱਠੀਆਂ ਅੰਬੀਆਂ ਇਹ ਛੋਟੀ ਸੀ ਜਿੰਦੜੀ ਤੇ ਰਾਤਾਂ ਲੰਬੀਆਂ ਲੰਬੀਆਂ ਉਘਾਰਿਆ ਜਪਰ ਦੇ ਸੀ ਤੇ ਤੇਰੀ ਮੇਰੀ ਇੱਕ ਜਿੰਦੜੀ ਮਾਸ਼ਾ ਅੱਲਾ ਇਹ ਵੀ ਖੁਰਮਾਨੀ ਆਈ ਪਈਆਂ ਚੈੱਕ ਕਰੋ ਕਿਊਟ 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 ਕੱਚੀਆਂ 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 ਹਾਲੇ ਅੰਗੂਰ ਖੱਟੇ ਨੇ ਇਹ ਮਿਸਾਲ ਬਣੇ ਤਾਂ ਅੰਗੂਰ ਵੀ ਖੱਟੇ ਨੇ ਤਾਂ ਇੱਡੀਆਂ ਖੁਰਮਾਨੀਆਂ ਖੜੋਤੀਆਂ ਖੁਰਮਾਨੀਆਂ ਦਾ ਪੌਦਾ ਆਈ ਗਿਆ ਪਿਆ ਮਾਸ਼ਾ ਅੱਲਾ ਦੋਸਤੋ ਇੱਕ ਬਈ ਗੁੱਡ ਨਿਊਜ਼ ਹੈ ਵੀ ਉਹ ਵੀ ਤੱਕ ਮੈਂ ਡੇ ਸਾਂ ਐਂਡ 'ਤੇ ਲੇਕਿਨ ਗੁੱਡ ਨਿਊਜ਼ ਕਿਹੜੀ ਹੈ ਉਹ ਮੈਂ ਤੱਕ ਥੋੜ੍ਹਾ ਜਿਹਾ ਹਵਾਲਾ ਡੇ ਛੁੜੇ ਨਾ ਕਿ ਵਿਹਲੇ ਮੁੰਡੇ ਕੋਲ ਮੈਂ ਕੱਢਣ ਵਹਿੰਦਾ ਪਿਆ ਉਹ ਮੈਂ ਤੱਕ ਕਿਸੇ ਵਲੋਗ ਹੀ ਡਿਸਸ ਮੈਂ ਅਨਕਰੀਬ ਵਿਹਲੇ ਮੁੰਡੇ ਕੋਲ ਉਸਤਾਦ ਕੋਲ ਵਹਿੰਦਾ ਪਿਆ ਚੈੱਕ ਕਰੋ ਇਹ ਤਾਂ ਚੀਕੂ ਖੜੋ ਤੈਨੂੰ ਓਏ ਹੋਈ 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 ਮੇਰੀ ਫੇਵਰੇਟ ਚੀਜ਼ ਖੜੀ ਵੇ ਓਏ ਮਾਸ਼ਾ ਅੱਲਾ ਕਿਊਟ ਜਿਹੀਆਂ ਚੀਕੂ ਚੀਕੂ ਚੀਕ ਚੀਚੂ ਚੀਕੂ ਚੀਕੂ ਚੀਚ ਚੀਕੂ ਇਵੇਂ ਗੱਲ ਹੈ ਨਾ ਤੂੰ ਕਰ ਚੀਕੂ ਚੀਕੂ ਚੀਚ ਕੇ ਚੀਚੂ ਕਰ ਕਰ ਤਾਂ ਸਹੀ ਟਰਾਈ ਤਾਂ ਕਰ ਚੀਕੂ ਚੀਚੂ ਚੀਚ ਕੇ ਚੀਚੂ ਮੈਨੂੰ ਨਹੀਂ ਆਉਂਦਾ ਉਹ ਕਰ ਤਾਂ ਸਹੀ ਨਹੀਂ ਸੱਪ ਕਿੱਥੇ ਕਾਂ ਵਧਣ ਬੜਾ ਸੱਪ ਨਹੀਂ ਹੈ ਕਾਂ ਵਧਣ ਕਾਂ ਸੱਪਾਂ 'ਤੇ ਆਉਂਦੇ ਨੇ ਕਿਉਂ ਯਾਰ ਕਾਵਾਂ ਕੋ ਸੱਪਾਂ ਚੁੱਕੇ ਮਿਲਦਾ ਕਾਵਾਂ ਦੀ ਸੱਪਾਂ ਨਾਲ ਵੱਧ ਕਿੱਥੇ ਸੱਪ ਦਿਖਾ ਕਿੱਥੇ ਚਲੋ ਅੱਛਾ ਖੈਰ ਕਰਿਆ ਸੀ ਅੱਲਾ ਸਾਈਂ ਬਚਾਇਆ ਸੀ ਸਭ ਕੁਛ ਸੱਪ ਕੋਲੋਂ ਰਾਤ ਅਸਾਂ ਪਿਛਲੇ ਵਲੋਗ ਵਿੱਚ ਇੱਕ ਨਾ ਨਾਂਗ ਦਾ ਬੱਚਾ ਮਾਰਾ ਪਤਾ ਨਹੀਂ ਸ਼ਾਇਦ ਉਸ ਦੁਸ਼ਮਣੀ ਰੱਖ ਕੇ ਦੀਏ ਤੋ ਮਗ ਪਿੱਛੇ ਮੇਰੇ ਆ ਗਿਆ ਇੱਡੂ ਖੜੋਤੇ ਵੇ ਮਾਸ਼ਾ ਅੱਲਾ ਗੁਲਾਬ ਦੇ ਫੁੱਲ ਚੈੱਕ ਕਰੋ ਮਾਸ਼ਾ ਅੱਲਾ ਕਿਊਟ ਜਿਹਾ ਗੁਲਾਬੀ ਗੁਲਾਬੀ ਅਤੇ ਖੂਬਸੂਰਤ ਜਿਹਾ ਖੁਸ਼ਬੂਆਂ ਦੀ ਪਈ ਵੇ ਚੈੱਕ ਕਰੋ ਇੱਡੂ ਪਈ ਵੇ ਪੀੜੀ ਬਾਹਣ ਵਾਸਤੇ ਪਤਾ ਨਹੀਂ ਇੱਥੇ ਥੱਲੇ ਬਹਿ ਕੇ ਕਿੱਕ ਰਹਿੰਦੇ ਨੇ ਅੰਬਾਂ ਦਾ ਬੂਟਾ ਜਾਂ ਜੰਮੂ ਇਨ ਪੈ ਅਨਾਰ ਦਾ ਬੂਟਾ ਨਹੀਂ ਬਾਈ ਅੰਬ ਇਨ ਖੁਦਾ ਦਾ ਨਾ ਗਿਨ ਅਨਾਰ ਅਨਾਰ ਦਾ ਬੂਟਾ ਕਿੱਡੂ ਥੀ ਗਿਆ ਦੋਸਤੋ ਇਹ ਹੀ ਵੇ ਪਿਆ ਆਲੂ ਬੁਖਾਰਾ ਆਲੂ ਬੁਖਾਰਾ ਹਾਲੇ ਕੱਚਾ ਹੈ ਸਾਵਾ ਹੈ ਪਿਆ ਪੱਕਿਆ ਕੋਈ ਨਹੀਂ ਅਗਰ ਪੱਕਿਆ ਹੋਇਆ ਹੁੰਦਾ ਤਾਂ ਮੈਂ ਖਾ ਪੀ ਵਜਾਂ ਸਾਰੇ ਦੇ ਦਿਆਂ ਸਾਡੇ ਨਸੀਬਾਂ 'ਚ ਕਿਹੜਾ ਫਲ ਹੈ ਜਿਹੜਾ ਅਸਾਂ ਖਾਊਂ ਚੱਕ ਰਹਿੰਦੇ ਹਾਂ ਬਾਈ ਜਾਨ ਕੋ ਹੈ ਖੁਰਮਾਨੀ ਹੈ ਚਲੋ ਚੱਕ ਰਹੇ ਨੇ ਇੱਡੀ ਤਾਂ ਪਾਣੀ ਨਹੀਂ ਲੱਗਾ ਪਿਆ ਮੈਂ ਤਾਂ ਪਾਣੀ ਜਗ੍ਹਾ ਕੱਚੀ ਹੈ ਬੈੜਾ ਪੇਰ ਵਿੱਚ ਖੁੱਭਦੇ ਪੈਂਦੇ ਦੇਖ ਨਿਸ਼ਾਨ ਪਾਉਂਦੇ ਉਹਨੂੰ ਉਹ ਇਹ ਜਪਾਨੀ ਫਲ ਹੀ ਵੀ ਓਏ ਚੈੱਕ ਕਰੋ ਵਿਵਰ ਜਪਾਨੀ ਫਲ ਇਹ ਵੀ ਪਿਆ ਜਪਾਨੀ ਫਲ ਮਾਸ਼ਾ ਅੱਲਾ ਜਪਾਨੀ ਫਲ
ਜਪਾਨੀ ਫਲ ਹੈ ਤੇ ਹਲੇ ਹਿੰਨ ਕੱਚੇ ਪੱਕੇ ਕੋਨੀ ਪੱਕੇ ਆਉਂਦੇ ਤਾਂ ਵੱਤ ਕੌਣ ਇਹਨਾਂ ਕੋ ਛੁੜੇਂਦਾ ਆਈ ਹਿੰਨ ਪੇ ਕੱਚੇ ਇਹ ਕਿ ਅਸਾਂ ਦੋਸਤ ਮੇਰੇ ਇਹ ਨਾ ਸਮਝਣ ਕਿ ਸ਼ਾਇਦ ਬਗੈਰ ਪੁੱਛਣ ਤੋਂ ਇਵੇਂ ਬਾਗ 'ਚ ਵੜੇ ਵਧਣ ਮਾਲਕ ਹੀ ਵਧੇ ਮਾਲਕ ਆਖਿਆ ਮੇਰੀ ਤੁਸੀਂ ਤਸਵੀਰ ਨਾ ਬਣਾ ਲੇਕਿਨ ਤੁਸੀਂ ਗੁੰਮਾ ਦਾ ਕੁਝ ਸ਼ਲਬਦੀ ਖਾਣ ਵਾਸਤੇ ਤੁਸੀਂ ਖਾਓ ਬੇਚਿੰਤੀ ਖਾਓ ਜੀ ਬਾਗ ਆਪਣੇ ਯਾਰ ਦਾ ਹੈ ਅੱਛਾ ਚਲੋ ਅਸਾਂ ਖਾਂਦੇ ਪਿਆ ਵਾ ਤਾਂ ਮੇਰਾ ਦਿਲ ਕਰਦਾ ਪਿਆ ਕਿ ਥੋੜ੍ਹਾ ਜਿਹਾ ਨਾ ਮੋਬਾਈਲ ਕੋ ਨਾ ਪਾਣੀ 'ਚ ਪਾ ਕੇ ਚੈੱਕ ਕਰੋ ਤੂੰ ਸਾਡੇ 100 ਵਿਵਰ ਕਿ ਚੈੱਕ ਕਰਨਾ ਚਾਹੀਦਾ ਜਾਂ ਨਹੀਂ ਅਗਰ ਕਰਨਾ ਚਾਹੀਦਾ ਤਾਂ ਤੁਸੀਂ ਕਮੈਂਟ ਮੈਂ ਕੋਈ ਜ਼ਰੂਰ ਕਰਾਏ ਥੋੜ੍ਹਾ ਜਿਹਾ ਨਾ ਕੈਮਰਾ ਮੈਂ ਪਾਣੀ 'ਚ ਗਿਣਵੇ ਨਾ ਡੇ ਦਿਆਂ ਵਾ ਤਜ ਕੇ ਬਣਦਾ ਅੱਲਾ ਬਾਰੇ ਸੇ ਚੈੱਕ ਕਰੂੰ ਮਤ ਵਿਵਰ ਬਿਸਮਿਲ੍ਲਾਹਿ ਰਹਿਮਾਨ ਰਹੀਮ ਯਾ ਅੱਲਾ ਤੇਰਾ ਹੀ ਆਸਰਾ ਹੀ ਚਿੱਟਾ ਪਾਣੀ ਆ ਚਲੋ ਅਸੀਂ ਚੈੱਕ ਕਰਨੇ ਆ ਖਰਾਬ ਪਾਣੀ ਇਹ ਚੈੱਕ ਕਰੋ ਤੇਰਾ ਕਬਾੜ ਦਾ ਕੰਮ ਹੈ ਤੂੰ ਕਬਾੜ ਆਖਿਆ ਨਾ ਵੀ ਮੈਂ ਭਿਜਣਾ ਵੱਧ ਤੈਨੂੰ ਯਕੀਨ ਕਰ ਮੈਨੂੰ ਚਲੋ ਕਬਾੜ ਦਾ ਇਹਦਾ ਕੰਮ ਹੈ ਪਿਆ ਤੇ ਕਬਾੜ ਹੈ ਇੰਟਰਨੈਸ਼ਨਲ ਕਾਰੋਬਾਰ ਹੈ ਕਬਾੜ ਬਹੁਤ ਜ਼ਿਆਦਾ ਜਾ ਰਿਹਾ ਚਲੋ ਜੀ ਕਬਾੜ ਹੋ ਤਾਂ ਮੈਨੂੰ ਪਤਾ ਤੁਹਾਡਾ ਕੰਮ ਹੈ ਕਾਰਖਾਨਾ ਇਹ ਕਾਰਖਾਨਾ ਬਰਫ ਵਾਲਾ ਮੈਂ ਕੁਛ ਹੀ ਤਰ੍ਹਾਂ ਯਾਦ ਹੈ ਬੰਦ ਹੋ ਗਿਆ ਇਹ ਬੰਦ ਥੀ ਬਣਾਈ ਬਸ ਕਿਉਂਕਿ ਵਾਤ ਇਤਨਾ ਇਹਨਾਂ ਦਾ ਕਾਰੋਬਾਰ ਵੱਡਾ ਕੋਣ ਹੈ ਛੋਟਾ ਆਈ ਗਿਆ ਚੈੱਕ ਕਰੋ ਮਾਸ਼ਾਅੱਲਾ ਛੋਟਾ ਜਿਹਾ ਟਿਊਬਲ ਟਿਊਬਲ ਤਾਂ ਪੂਰਾ ਹੈ ਪਿਆ ਲੇਕਿਨ ਇਹਦਾ ਖੜ ਹੈ ਜਿਹੜਾ ਨਾ ਉਹ ਛੋਟਾ ਹੀ ਇਸ ਅਸਾਂ ਪਾਣੀ ਦੇ ਵਿੱਚ ਨਾ ਆਪਣਾ ਮੋਬਾਈਲ ਥੋੜ੍ਹਾ ਜਿਹਾ ਨਾ ਅੰਦਰ ਵਿੱਚ ਡੁੱਬੇ ਸੂੰ ਚੈੱਕ ਕਰੇ ਸੂੰ ਕਿ ਸਾਡਾ ਮੋਬਾਈਲ ਵਾਟਰ ਪਰੂਫ ਹੈ ਜਾਂ ਕੋਈ ਪਹਿਲੀ ਦਫਾ ਮੈਂ ਚੈੱਕ ਕਹਿੰਦਾ ਪਿਆ ਵੇ ਬਿਸਮਿਲ੍ਲਾ ਪੜ੍ਹ ਕੇ ਵਾ ਤੁਸੀਂ ਸੀਨ ਦੇਖੋ ਬਚ ਗਿਆ ਤਾਂ ਤੁਹਾਡੇ ਕੋਲ ਵੀਡੀਓ ਪਹੁੰਚਿਆ ਸੀ ਜੇ ਨਾ ਬੱਚਾ ਤਾਂ ਵੱਧ ਪ੍ਰੋਗਰਾਮ ਵੜ ਗਿਆ ਮੈਂ ਮੋਬਾਈਲ ਕੀਤਾ ਵਾ 1.5 ਲੱਖ ਦਾ 12 Pro Max 12 Pro ਹੈ ਖਾਲੀ ਮੈਕਸ ਨਹੀਂ ਪ੍ਰੋ ਹੈ ਉਹ ਤੱਕ ਮੈਂ ਚੈੱਕ ਕਰਵਾਉਂਦਾ ਪਿਆ ਤੁਸੀਂ ਦੁਆ ਕਰਿਆ ਵੀ ਵਰ ਕੋਈ ਕੁਝ ਨਾ ਥੀ ਹੈ ਬਿਸਮਿਲ੍ਲਾ ਪੜ੍ਹ ਕੇ ਦੱਸ ਕਹਿੰਦੇ ਹੈਂ ਇੱਥੇ ਪਾਉਂ ਇੱਥੇ ਨਾ ਪਾਉਂ ਉਹ ਸਾਫ਼ ਪਾਣੀ ਹੈ ਚਲੋ ਉੱਥੇ ਪੈ ਭਾਈ ਆ ਗਿਆ ਕਿ ਉੱਥੇ ਪਾਏ ਥੋੜ੍ਹਾ ਪਾਣੀ ਤੇਜ਼ ਚੱਲਦਾ ਪਿਆ ਨਾ ਤਾਂ ਇਹਦੇ ਵਿੱਚ ਦੇਖੋ ਰਿਜ਼ਲਟ ਸਾਫ਼ ਨਾ ਨਜ਼ਰ ਆ ਸੀ ਉੱਥੇ ਪੈਂਦੇ ਸਾਹਮਣੇ ਜਗ੍ਹਾ ਹੈ ਵੀ ਬਹੁਤ VIP ਇਹੋ ਪਾਣੀ ਡਾ ਹੀ ਨਿਕਲਦਾ ਪਿਆ ਵੇ ਟਿਊਬਵੈਲ 'ਚ ਅੰਡਰਗਰਾਊਂਡ ਇੱਥੋਂ ਠੀਕ ਹੈ ਨਾ ਪਾਣੀ ਇਹ ਆਉਂਦਾ ਪਿਆ ਉਹ ਪਾਣੀ ਦੇ ਪਿਆ ਬਿਸਮਿਲ੍ਲਾ ਪੜ੍ਹ ਕੇ ਤਾਂ ਅਸਾਂ ਮੋਬਾਈਲ ਕੋ ਅੱਜ ਬਾਅਦ ਕਰਿੰਦੇ ਪਏ ਅਲਵਿਦਾ ਵਿਵਰ ਤੁਸੀਂ ਦੁਆ ਕਰਾਏ ਮੋਬਾਈਲ ਵਹਿੰਦਾ ਪਿਆ ਵੇ ਅੱਜ ਬਾਅਦ ਬਿਸਮਿਲ੍ਲਾ ਰਹਿਮਾਨ ਰਹੀਮ ਵਿਵਰ ਮੋਬਾਈਲ ਅਲਹਮਦੁਲਿਲਾ ਆਲ ਰੈਡੀ ਬਚ ਗਿਆ ਵੇ ਅਸਾਂ ਚੈੱਕ ਕੀਤਾ ਪਾਣੀ ਦੇ ਸਾਹਮਣੇ ਇੱਥੋਂ ਮੈਂ ਗਿਣ ਕੇ ਇਵੇਂ ਗਿਆ ਪਹਿਲੇ ਵੱਧ ਕੱਢ ਕੀਤਾ ਵੱਧ ਇੱਥੋਂ ਗਿਣ ਕੇ ਉਹ ਉੱਥੇ ਤੱਕ ਗਈਆਂ ਵੱਧ ਮੈਂ ਉੱਥੋਂ ਮੰਨ ਕੇ ਕੱਢ ਕੀਤਾ ਮੋਬਾਈਲ ਬਚ ਗਿਆ ਸਾਡੀ ਤਸੱਲੀ ਤੀ ਕਿ ਮੋਬਾਈਲ ਵਾਟਰ ਪਰੂਫ ਹੈ ਤਾਂ ਹੁਣ ਮੈਂ ਤਾਂ ਇੱਕ ਚੀਜ਼ ਦਿਖਾ ਨਾ ਉਹ ਤੁਸੀਂ ਪਤਾ ਨਹੀਂ ਬਚਪਨ 'ਚ ਕੀਤੀ ਹੈ ਜਾਂ ਨਹੀਂ ਕੀਤੀ ਕੈਮਰਾ ਮੈਂ ਇਸਕੋ ਨਾ ਪੈਸਾ ਇਸ ਭਾਈ ਕੋ ਅਤੇ ਮੈਂ ਤਾਂ ਕੋਈ ਚੀਜ਼ ਕਰਕੇ ਦਿਖਾ ਸੀ ਕੈਮਰਾ ਨਾ ਪਾ ਭਾਈ ਜਾਨ ਤਕੜਾ ਕਰਕੇ ਨਾ ਪਾਏ ਥੱਲੇ ਨਾ ਡਾਂ ਛੋੜੇ ਹੈਲੋ ਮਿਸਟਰ ਹੈਲੋ 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 ਇਵੇਂ ਤੁਸੀਂ ਕਿਹੜਾ ਕੀਤਾ ਜਾਂ ਕੋਈ ਨਹੀਂ ਕੀਤਾ ਇਹ ਮੈਂ ਕੋ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸੋ ਲਾਜ਼ਮੀ ਦੱਸੋ ਉਸ ਤੋਂ ਬਾਅਦ ਦੋਸਤੋ ਅਸਾਂ ਨਹਿਰ ਦੇ ਨਾਲ ਆ ਪਹੁੰਚਿਆ ਇੱਥੇ ਸੜੇਂਦੇ ਪੈਣ ਜੀ ਵੀਹ ਵੇ ਪਿਆ ਫੁੱਟੀ ਵਾਲਾ ਫੁੱਟੀ ਦਾ ਵੀਹ ਵੇ ਪਿਆ ਪਤਾ ਨਹੀਂ ਕਿਵੇਂ ਸੜੇਂਦੇ ਇਹਨਾਂ ਕੋਲ ਹਾਲ ਵਾਲ ਗਿਣਸੂ ਚੈੱਕ ਕਰੋ ਸਾਹਮਣੇ 20 ਸਾਲ ਦੇ ਪੈਣ ਸਮੈਲ ਆਉਂਦੀ ਤਾਂ ਇਹਦੇ ਲੁੱਕ ਦੀ ਜਿਵੇਂ ਲੁੱਕ ਦੀ ਸਮੈਲ ਆਉਂਦੀ ਨਾ ਤੇਜ਼ਾਬ ਹੈ ਤਾਂ ਲੁੱਕ ਲੁੱਕ ਵਾਲੀ ਸਮੈਲ ਮੈਂ ਤਾਂ ਆਉਂਦੀ ਚੈੱਕ ਕਰੋ ਆਉਂਦਾ ਬੜਾ ਸਮੈਲ ਇਹ ਵੇ ਤਾਂ ਵੀਹ ਦਿੱਤਾ ਕਿਆ ਵੇ ਇਹ ਨਰਮੇ ਦਾ ਵੀਹ ਹੈ ਜੀ ਇਹ ਨਰਮੇ ਦਾ ਵੀਹ ਹੈ ਜੀ ਜੀ ਰੂਹ ਜਿਸਕੇ ਉੱਪਰ ਹੋਤੀ ਹੈ ਜਿਸਕੇ ਉੱਪਰ ਰੂਹ ਹੋਤੀ ਹੈ ਰੂਹ ਹੋਤੀ ਜਿਸਕੀ ਰਜ਼ਾਈਆਂ ਬਨਤੀ ਹੈ ਗਰਮ ਹੋ ਕਰ ਅੱਛਾ ਜੀ ਗਰਮ ਹੋ ਕਰ ਰੂਹ ਤੋ ਫਿਰ ਇਸਕਾ ਬੀਜ ਸਾੜ ਕਰ ਫਸਲੋਂ ਮੇ ਉਗਾਇਆ ਜਾਤਾ ਹੈ ਜਿਸੇ ਨਰਮਾ ਕਹਤੇ ਹੈ ਜੇ ਇਸਕਾ ਬੀਜ ਹੈ ਅੱਛਾ ਇਹ ਨਰਮਾ ਵਾਲਾ ਬੀਜ ਹੈ ਇਹ ਇਹਦੇ ਤੇ ਅਜੀ ਫੁੱਟੀ ਵਾਲਾ ਕਪਾਹ ਵਾਲਾ ਬੀਜ ਇਸਕੋ ਸਾੜ ਕੇ ਤੇ ਵੱਧ ਫਸਲਾਂ ਦੇ ਵਿੱਚ ਉਗਾਈ ਕਰਦੇ ਨੇ ਦੀ ਫਸਲਾਂ ਦੇ ਵਿੱਚ ਵੱਧ ਬੀਜਦੇ ਵੱਧ ਇਹਦੇ 'ਚ ਨਰਮਾ ਪੈਦਾ ਥੀਂਦਾ ਵੇ
ਕਹਦਾ ਵੀ ਅਗਰ ਵੇਕੂ ਨਾ ਸਾੜੂ ਨਾ ਇਵੇਂ ਨਾ ਕਰੂੰ ਤਾਂ ਵਾ ਤਾਂ ਨਰਮਾ ਵੀ ਆਈ ਪੀ ਵਾਲਾ ਨਹੀਂ ਬਣਦਾ। ਹੁਣ ਉਸਕੂ ਨਾ ਵੱਧ ਤੋਂ ਪਾਣੀ ਦੇ ਵਿੱਚ ਧੋਂਦੇ ਵੀ ਤੈਨੂੰ ਦਾ ਜਿਹੜਾ ਤੇਜ਼ਾਬ ਹੈ ਨਾ ਜਿਹੜੀ ਉਹ ਮੈਂ ਲੁੱਕ ਵਾਲੀ ਸਮੈਲ ਆਉਂਦੀ ਪਈ ਉਹ ਸੀ ਬਸ ਹੁਣ ਖਤਮ ਸਾਹਮਣੇ ਪਾਣੀ 'ਚ ਤਾਂ ਧੋਂਦੇ ਉਸਕੂ ਸਾਫ਼ ਕਰਨ ਦੇ ਤਾਂ ਉਹਦਾ ਤੇਜ਼ਾਬ ਵੀ ਆਉਂਦਾ ਚੱਕਰ ਸਾਰਾ ਨਿਕਲਣਾ ਮੰਜੇ ਬੈਰ। ਉਸ ਤੋਂ ਬਾਅਦ ਦੋਸਤੋ ਮੈਂ ਆਇਆ ਖੜੋਤਾ ਇੱਕ ਸਕੂਲ 'ਚ, ਸਕੂਲ 'ਚ ਬੱਚੇ ਕਰਾਉਂਦੇ ਪਏ ਨੇ ਪੈਕਟੀਆਂ ਭਰਿੰਦੇ ਪਏ ਨੇ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਮਿੱਟੀ ਦੀਆਂ ਸਾਹਮਣੇ ਤੋਂ ਚੱਕਰਾਂ ਮੈਂ ਇਹ ਪਈਆਂ ਵੇ ਕਿਡੇ ਬਾਈ ਸਾਹਿਬ ਹੋਰਾਂ ਬੈਠਣ ਪਰੇਸ਼ਾਨ ਸੀ ਕਿ ਦੇਖੋ ਪਰੇਸ਼ਾਨੀ ਕਿਉਂ ਪਰੇਸ਼ਾਨ ਹੋਏ ਬਾਈ ਜਾਨ ਇਹ ਸਾਰਾ ਨਰਮਾ ਖਰਾਬ ਸੀ ਗਿਆ ਇਹ ਵਾਰ ਖਰਾਬ ਸੀ ਗਿਆ ਨਰਮਾ ਕਿਤਨਾ ਦਾ ਕਸਾਰਾ ਆਇਆ ਵੇ ਤਕਰੀਬਨ 1 ਲੱਖ ਦੇ ਨੇੜੇ ਲੱਖ ਦਾ ਕਸਾਰਾ ਤੇ ਪਰੇਸ਼ਾਨ ਸੀ ਗਿਆ। ਅੱਛਾ ਦੋਸਤੋ ਇਹ ਵੀ ਪੈਕਟੀਆਂ ਛੋਟੀਆਂ ਛੋਟੀਆਂ ਇਹ ਦੋਏ ਸਾਹਮਣੇ ਭਾਈ ਹੋਰਾਂ ਭਰਿੰਦੇ ਪੈਣ ਇਹਨਾਂ ਕੋਲ ਪੁੱਛਦੇ ਆ ਕਿ ਇਹਨਾਂ ਦੀ ਬਿਜਾਈ ਉਗਾਈ ਕਿਵੇਂ ਥਿੰਦੀ ਹੈ ਕਿਵੇਂ ਨਹੀਂ ਥਿੰਦੀ ਪੈਕਟੀਆਂ ਕਿਉਂ ਭਰਿੰਦੇ ਪੈਣ ਮਿੱਟੀ ਦੀਆਂ ਕਿਉਂ ਨਹੀਂ ਭਰਿੰਦੇ ਪਏ ਛੋਟੀਆਂ ਛੋਟੀਆਂ ਪੈਕਟੀਆਂ। ਜੀ ਬਾਈ ਜਾਨ ਇੱਕ ਇਹਨ ਪੰਜਾਬੀ ਵੱਧ ਪੰਜਾਬੀ ਥੋੜ੍ਹਾ ਸਮਝ ਗਏ ਨਾ ਤੁਸੀਂ ਇਹ ਕਿਵੇਂ ਇਹਦੀ ਬਿਜਾਈ ਆਉਂਦੀ ਨਰਮੇ ਦੀ ਪਹਿਲਾਂ ਇਹਦੇ 'ਚ ਮਿੱਟੀ ਭਰਨੀ ਹੈ ਇਸੇ ਤਰ੍ਹਾਂ ਹਾਂਜੀ ਹਾਂਜੀ ਮਿੱਟੀ ਭਰੇਗੀ ਅੱਗੇ ਮਿੱਟੀ ਭਰੇਗੀ ਅੱਧੀ ਅੱਧਾ ਪੈਕਟ ਯਾਨੀ ਕਿ ਛੋਟਾ ਪੈਕਟ ਹੈ ਅੱਧਾ ਕਰਨਾ ਇਹਨੂੰ ਮਿੱਟੀ ਦਾ ਹੈ ਇਹ ਅੱਧਾ ਪੈਕਟ ਹੋ ਗਿਆ ਫਿਰ ਉਹਨੂੰ ਠੋਕ ਕੇ ਫਿਰ ਥੱਲੋਂ ਕਰਨੇ ਦੋ ਸਰਾਖ ਕਿਸ ਸਾਈਡ ਤੇ ਕਿਸ ਸਾਈਡ ਇਹ ਹੁਣੇ ਕਰਨੇ ਜਾਂ ਬਾਅਦ ਵਿੱਚ ਕਰਨੇ ਹੁਣੇ ਕਰਨੇ ਨੇ ਅੱਛਾ ਮੈਂ ਕਰਕੇ ਫਿਰ ਇਹਦੇ 'ਚ ਇਹਦੇ 'ਚ 3 ਬੀ ਲਾਉਣੇ ਨੇ ਨਰਮੇ ਦੇ ਹਾਂਜੀ ਫਿਰ ਪਾਣੀ ਪਾਉਣਾ ਅੱਛਾ ਇਹ ਮੈਨੂੰ ਦੱਸ ਕੇ ਨਰਮੇ ਤੋਂ ਜਿਹੜਾ ਜਲਿਆ ਹੋਇਆ ਵੀ ਇੱਥੇ ਸਾੜਦੇ ਪੈ ਨਾ ਵੀ ਹਾਂਜੀ ਉਹ ਜਲਿਆ ਲਾਉਣਾ ਨੇ ਜਾਂ ਦੂਸਰੇ ਲਾਉਣਾ ਜਲਿਆ ਲਾਉਣਾ ਜਲਿਆ ਲਾਉਣਾ ਲਾ ਕੇ ਤੇ ਫਿਰ ਇਹਨੂੰ ਤੂੰ ਪਾਣੀ ਪਾ ਕੇ ਤੇ ਉੱਤੋਂ ਰੇਤਾ ਪਾ ਦੇਣਾ ਅੱਛਾ ਥੋੜਾ ਫਿਰ ਇਹਨੂੰ ਰੱਖ ਦੇਣਾ ਸਿੱਧਾ ਕਰਕੇ ਤੇ ਬਾਅਦ ਇਹਨੂੰ ਜਦੋਂ ਵੇਖ ਇੰਨੀ ਇੱਕ ਇੰਨੇ ਕੁ ਨਿਕਲਿਆ ਪੌਦਾ ਫਿਰ ਇਹਨੂੰ ਇੱਥੋਂ ਫੈਕਟਰੀ ਨੂੰ ਫਾੜ ਕੇ ਫਿਰ ਇਹਨੂੰ ਟੋਏ ਦੇ ਵਿੱਚ ਕੱਢ ਕੇ ਤੇ ਇਸਨੂੰ ਚੱਕ ਗਾਚੀ ਤੋਂ ਵਿੱਚ ਲਾ ਕੇ ਤੇ ਉੱਤੋਂ ਪੂਰ ਦੇ ਫਿਰ ਫਸਲ ਦੇ ਬਾਅਦ ਵਿੱਚ ਲੈ ਕੇ ਜਾਣੀ ਜਿੱਥੇ ਉਹ ਨਰਮਾ ਵਗੈਰਾ ਬੀਜਣੇ ਫੁੱਟੀ ਤੁਸਾਂ ਕਹਿੰਦੇ ਨਰਮਾ ਕਿਸ ਰਹਿ ਕੀ ਤੇ ਪੰਜਾਬੀ ਤਕਰੀਬਨ ਸਮਝ ਤਾਂਦੀ ਵੀ ਫੁੱਟੀ ਵੇ ਕਪਾਹ ਕਪਾਹ ਕੋ ਸੜੇ ਨੇ ਨਰਮਾ ਉਸ ਤੋਂ ਬਾਅਦ ਦੋਸਤੋ ਸਾ ਸਿੱਧਾ ਆ ਖੜੋਤੇ ਆ ਮਾਸ਼ਾਅੱਲਾ ਮਲਤਾਨੀ ਕੁਲਫੀ ਸਸਤੀ ਕੁਲਫੀ ਕਿੰਨੇ ਆ ਸਸਤੀ ਤੇ ਸਸਤੀ ਕੁਲਫੀ ਕਿੰਨੇ ਮਾਸ਼ਾਅੱਲਾ ਖੂਬਸੂਰਤ ਕੁਲਫੀਆਂ ਦੇ ਵੀਆਈਪੀ ਤੇ ਖੋਏ ਮਲਾਈ ਵਾਲੀਆਂ ਕੁਲਫੀਆਂ ਬੇ ਕੁਲਫੀਆਂ ਮਲਤਾਨੀ ਸਪੈਸ਼ਲ ਕੁਲਫੀ 80 ਰੁਪਏ 70 ਰੁਪਏ 60 ਰੁਪਏ 60 ਬਿਸਮਿਲ੍ਲਾ ਰਹਿਮਾਨ ਰਹੀਮ ਕੁਲਫੀਆਂ ਬਾਈ ਕੁਲਫੀਆਂ ਖਾਂਦੇ ਵੇ ਤਾਂ ਆਹ ਸੱਤ ਬਿਸਮਿਲ੍ਲਾ ਗਰਮੀ ਦੇ ਵਿੱਚ ਦੁੱਧ ਠੱਡੀ ਠੱਡੀ ਕੁਲਫੀ ਖਵਾਉਂਦੇ ਹਾਂ ਨਹੀਂ ਦਵਲਾ ਅਸਾਂ ਇਕੱਲੇ ਇਕੱਲੇ ਖਾਂਦੇ ਪਏ ਉਸ ਤੋਂ ਬਾਅਦ ਦੋਸਤੋ ਆ ਪਹੁੰਚੇ ਸੇ ਖੇਤਾਂ 'ਚ ਇਹ ਦਿਨ ਦਾ ਮਾਸ਼ਾਅੱਲਾ ਇੱਕ ਤਲਾਅ ਹੀ ਵੇ ਪਿਆ ਪਾਣੀ ਵਾਲਾ ਤਲਾਅ ਇਹ ਸੋਲਰ ਤੇ ਚੱਲਦਾ ਸਾਹਮਣੇ ਸੋਲਰ ਪਲੇਟਾਂ ਲੱਗੀਆਂ ਪਈਆਂ ਸੋਲਰ ਤੇ ਚੱਲਦਾ ਵੇ ਸਾਹਮਣੇ ਤਲਾਅ ਤੋਂ ਵੱਡਾ ਹੀ ਵੇ ਪਿਆ ਕਿੱਥੇ ਹੀ ਪਿਆ ਬਾਗ ਇਹ ਮਾਲਟੇ ਕਿੰਨੂ ਵਾਲਾ ਬਾਗ ਹੈ ਸਾਹਮਣੇ ਨਾਲ ਤੂੰ ਗੱਲ ਕਰ ਮੈਂ ਉੱਤੇ ਚੜ੍ਹਦਾ ਥੋੜ੍ਹਾ ਵਲੋਗ ਬਣਿਆ ਸੁ ਬੈਕ ਸਾਈਡ ਦਾ ਜਿਹੜਾ ਬਣਾਉਂਦਾ ਉਹਦਾ ਨਾ ਬਾਈ ਗੱਲ ਠੀਕ ਹੈ ਉਹਦੇ ਨਾਲ ਉਸ ਆਖਰ ਤੂੰ ਆ ਵਾ ਨਹੀਂ ਸੜ ਤੂੰ ਸੜ ਕਿਹੜੀ ਸਾਈਡ ਤੋਂ ਆਵਾਂ ਮੈਂ ਥਿੰਦੀ ਪਈ ਆਵੇ ਕਪਾਹ ਦੀ ਬਿਜਾਈ ਇੱਕ ਤਾਂ ਪਹਿਲੇ ਤਾਂ ਕੋ ਪੈਕਟੀਆਂ ਵਾਲਾ ਦਿਖਾਇਆ ਨਾ ਕਪਾਹ ਉਹਦੇ ਵਿੱਚ ਪਾ ਕੇ ਬਿਜਣ ਦਿਨ ਦੇ ਬਾਅਦ ਉਹਨਾਂ ਕੋ ਫਾੜ ਕੇ ਤੇ ਪੁਰੇਂਦੇ ਨੂੰ ਥੱਲੇ ਟੋਏ ਪਾ ਕੇ ਉਹ ਬਹੁਤ ਔਖਾ ਕੰਮ ਹੈ ਲੇਕਿਨ ਇਹ ਮਸ਼ੀਨ ਵਾਲਾ ਕੰਮ ਬਹੁਤ ਸੌਖਾ ਹੈ ਇਹ ਬਹੁਤ ਮੈਂ ਕੋ ਅੱਛਾ ਕੰਮ ਲੱਗਿਆ ਬਹੁਤ ਆਸਾਨ ਹੈ ਪਿਆ
ਮਸ਼ੀਨੀ ਤਰੀਕੇ ਅੱਜ ਕੱਲ ਉਹ ਤਾਂ ਪੁਰਾਣੇ ਦੌਰਾਂ ਵਾਲਾ ਕੰਮ ਜਿਹੜਾ ਉਹ ਕਰਦੇ ਬੰਦੇ ਉਹ ਪੁਰਾਣੇ ਦੌਰ ਵਾਲਾ ਹੀ ਨਾ ਗੱਲ ਹੈ ਨਾ ਬਾਈ ਉਸ ਤੋਂ ਬਾਅਦ ਦੋਸਤ ਅਸਾਂ ਹੁਣ ਕਰਦੇ ਪਏ ਫਾਟਕ ਸਾਹਿਬ ਕੋ ਇਮਤਿਆਜ਼ ਕੋ ਅਲਵਿਦਾ ਇਹ ਵੀ ਬਹੁਤ ਉਦਾਸ ਥੀ ਖੜੋਤਾ ਵੇ ਮੈਂ ਆਇਆ ਮੈਂ ਕਹਦਾ ਤੂੰ ਰਾਤ ਰਹਿ ਮੈਂ ਰਾਤ ਰਿਹਾ ਕੋਈ ਇਹਦੇ ਕੋਲ ਮੈਂ ਇੱਕ ਰਾਤ ਹੀ ਨਹੀਂ ਰਿਹਾ ਠੀਕ ਹੈ ਬਾਈ ਜਾਨ ਜਿੰਦੇ ਰਹਿ ਤਾਂ ਵੱਧ ਮਿਲ ਸੋ ਇਨਸ਼ਾਅੱਲਾ ਵੱਧ ਮਿਲ ਸੋ ਦੋ ਠੀਕ ਹੋ ਗਿਆ ਦੋਸਤੋ ਇੱਥੇ ਅਸਾਂ ਕਰਦੇ ਪਏ ਆਪਣੇ ਵਲੋਗ ਦਾ ਐਂਡ ਮਿਲਦੇ ਹਾਂ ਦੋ ਅਗਲੀ ਵੀਡੀਓ 'ਚ ਤਦ ਤੱਕ ਅੱਲਾ ਹਾਫਿਜ਼ ਗੁੱਡ ਬਾਏ ਥੈਂਕ ਯੂ